ਸਤਿ ਸ਼੍ਰੀ ਅਕਾਲ ਦੋਸਤੋ, ਆਓ ਅੱਜ ਕਰਦੇ ਹਾਂ ਮਹਿੰਦਰਾ 575 DI ਦਾ ਓਲਡ ਮਾਡਲ ਕਲੱਚ ਬੈਰਿੰਗ ਅਸੈਂਬਲੀ ਤੋਂ ਨਵਾਂ ਮਾਡਲ ਕਲੱਚ ਬੈਰਿੰਗ ਅਸੈਂਬਲੀ। ਹਾਂਜੀ ਦੋਸਤੋ, ਦੂਸਰੀ ਇਹਦੇ ਵਿੱਚ ਕਮੀ ਇਹ ਹੈ ਕਿ ਇਹ ਕਲੱਚ ਦਬਾਏ ਤੋਂ ਟਰੈਕਟਰ ਤੁਰਿਆ ਜਾਂਦਾ, ਰੁਕਦਾ ਨਹੀਂ। ਸਭ ਤੋਂ ਪਹਿਲਾਂ ਅਸੀਂ ਇਸ ਨੂੰ ਕਲੱਚ ਤੋਂ ਖੋਲ੍ਹ ਕੇ ਦੋ ਹਿੱਸੇ ਕਰਾਂਗੇ। ਹਾਂਜੀ ਦੋਸਤੋ, ਇਹ ਦੇਖੋ ਇਸ ਦੀ ਇੱਕ ਫਿੰਗਰ ਦੇ ਟੁੱਟ ਜਾਣ ਕਾਰਨ ਇਹ ਕਲੱਚ ਕੰਮ ਨਹੀਂ ਕਰ ਰਿਹਾ ਸੀ, ਕਿਉਂਕਿ ਦੋ ਫਿੰਗਰਾਂ ਕੰਮ ਕਰ ਰਹੀਆਂ ਸੀ ਅਤੇ ਇੱਕ ਫਿੰਗਰ ਕੰਮ ਨਹੀਂ ਕਰ ਰਹੀ ਸੀ। ਹੁਣ ਅਸੀਂ ਕਲੱਚ ਰਿਲੀਜ਼ ਬੈਰਿੰਗ ਨੂੰ ਬਾਹਰ ਕੱਢਾਂਗੇ ਅਤੇ ਨਵਾਂ ਮਾਡਲ ਕਲੱਚ ਬੈਰਿੰਗ ਅਸੈਂਬਲੀ ਦੀ ਫਿਟਿੰਗ ਕਰਾਂਗੇ। ਇਸ ਲਈ ਅਸੀਂ ਹੁਣ ਇਸ ਦੀ ਡੀਜ਼ਲ ਟੈਂਕੀ ਖੋਲ੍ਹਾਂਗੇ। ਹੁਣ ਦੋਸਤੋ ਅਸੀਂ ਇਸ ਦਾ ਸਟੀਅਰਿੰਗ ਖੋਲ੍ਹਾਂਗੇ ਹਾਂਜੀ ਦੋਸਤੋ, ਇਹ ਦੇਖੋ ਜੋ ਕਿ ਨਵੇਂ ਮਾਡਲ ਦਾ ਕਲੱਚ ਬੈਰਿੰਗ ਅਸੈਂਬਲੀ ਹੈ, ਇਸ ਦੀ ਫਿਟਿੰਗ ਕਰਾਂਗੇ।
ਇਸ ਤਰ੍ਹਾਂ ਦੋਸਤੋ, ਅਸੀਂ ਸਭ ਤੋਂ ਪਹਿਲਾਂ ਇਸ ਫਰਮੇ ਨੂੰ ਇਸ ਤਰ੍ਹਾਂ ਅਸੀਂ ਹਾਂਡੀ 'ਤੇ ਫਿੱਟ ਕਰਾਂਗੇ। ਹੁਣ ਦੋਸਤੋ, ਅਸੀਂ ਡਰਿੱਲ ਦੇ ਨਾਲ ਇਸ ਨੂੰ ਇਸ ਦੇ ਤਿੰਨ ਸੁਰਾਖ ਕਰਾਂਗੇ। ਕਲੱਚ ਬੈਰਗ ਨੂੰ ਪਾਵਾਂਗੇ। ਅਤੇ ਇਸ ਤਰ੍ਹਾਂ ਅਸੀਂ ਨਵੇਂ ਮਾਡਲ ਦਾ ਕਲੱਚ ਬੈਰਿੰਗ ਅਸੈਂਬਲੀ ਨੂੰ ਫਿੱਟ ਕਰਾਂਗੇ। ਹਾਂਜੀ ਦੋਸਤੋ, ਇਸ ਤਰ੍ਹਾਂ ਅਸੀਂ ਇਸ ਦੀ ਐਡਜਸਟਮੈਂਟ ਕਰਕੇ ਬਾਛਲਾਂ ਪਾ ਕੇ ਜਿੱਥੇ ਵੀ ਇਸ ਦੀ ਸੈਟਿੰਗ ਆਉਂਦੀ ਹੈ ਉਸ ਤਰ੍ਹਾਂ ਕਰਾਂਗੇ। ਹਾਂਜੀ ਦੋਸਤੋ, ਇਹ ਪੁਰਾਣਾ ਕਲੱਚ ਰਿਲੀਜ਼ ਫੋਰਕ, ਇਸ ਨੂੰ ਬਦਲ ਕੇ ਅਸੀਂ ਇਹ ਨਵੇਂ ਮਾਡਲ ਦਾ ਕਲੱਚ ਰਿਲੀਜ਼ ਫੋਰਕ ਪਾਵਾਂਗੇ। ਹੁਣ ਦੋਸਤੋ, ਅਸੀਂ ਇਸ ਦੀ ਪਲੇਟ ਲਾਵਾਂਗੇ ਅਤੇ ਇਸ ਦਾ ਸਟੀਅਰਿੰਗ ਫਿੱਟ ਕਰਾਂਗੇ। Thank you.
ਹੁਣ ਅਸੀਂ ਇਸ ਦੀ ਡੀਜ਼ਲ ਟੈਂਕੀ ਫਿੱਟ ਕਰਾਂਗੇ ਅਤੇ ਬਾਕੀ ਕੰਪਲੀਟ ਕਰਾਂਗੇ। ਹਾਂਜੀ ਦੋਸਤੋ, ਇਹ ਦੇਖੋ ਬਿਲਕੁਲ ਬੇਕਾਰ ਹੋ ਚੁੱਕੀ ਹੈ, ਇਸ ਲਈ ਅਸੀਂ ਇਸ ਦੀ ਸਾਰੀ ਪ੍ਰੈਸ਼ਰ ਪਲੇਟ ਨਵੀਂ ਪਾਵਾਂਗੇ। ਹੁਣੇ ਅਸੀਂ ਇਸ ਤਰ੍ਹਾਂ ਕਲੱਚ ਪਲੇਟ ਦੀ ਫਿਟਿੰਗ ਕਰਾਂਗੇ। ਹਾਂਜੀ ਦੋਸਤੋ, ਇਹ ਦੇਖੋ ਅਸੀਂ ਮਹਿੰਦਰਾ ਕੰਪਨੀ ਦੀ ਪ੍ਰੈਸ਼ਰ ਪਲੇਟ ਬਿਲਕੁਲ ਓਰੀਜਨਲ ਪਾਈ ਹੈ। ਹੁਣ ਦੋਸਤੋ ਅਸੀਂ ਇਸ ਦੀਆਂ ਫਿੰਗਰਾਂ ਦੀ ਸੈਟਿੰਗ ਕਰਾਂਗੇ। ਹਾਂਜੀ ਦੋਸਤੋ, ਇਹ ਦੇਖੋ ਕਲੱਚ ਪਲੇਟ ਦੀ ਜੋ ਮੋਟਾਈ ਹੈ 10 mm ਹੈ, ਉਸ ਹਿਸਾਬ ਨਾਲ ਅਸੀਂ ਫਿੰਗਰਾਂ ਨੂੰ 7 ਜਾਂ 8 mm ਨੀਵੀਆਂ ਰੱਖ ਕੇ ਤਿੰਨੇ ਫਿੰਗਰਾਂ ਨੂੰ ਬਰਾਬਰ ਕਰਾਂਗੇ। ਹੁਣ ਅਸੀਂ ਫਿੰਗਰਾਂ ਦੇ ਬੁਲਟਾਂ ਨੂੰ ਲੋਕਡਾਊਨ ਕਰਾਂਗੇ। ਹਾਂਜੀ ਦੋਸਤੋ, ਹੁਣ ਅਸੀਂ ਕਲੱਚ ਨੂੰ ਜੋੜਾਂਗੇ। ਸਾਰਾ ਕੰਮ ਕੰਪਲੀਟ ਕਰਨ ਤੋਂ ਬਾਅਦ ਅਸੀਂ ਇਸ ਨੂੰ ਚਲਾ ਕੇ ਦੇਖਾਂਗੇ।